ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਗੱਲ ਕਰਾਂਗੇ ਡਾਕਟਰ ਦਲੀਪ ਕੌਰ ਟਿਵਾਣਾ ਜੀ ਦੇ ਬਾਰੇ। ਡਾਕਟਰ ਦਲੀਪ ਕੌਰ ਟਿਵਾਣਾ ਪੰਜਾਬੀ ਦੀ ਇਸ ਸਿਰਮੌਰ ਨਾਵਲਕਾਰ ਦਾ ਜਨਮ 4 ਮਈ 1935 ਈਸਵੀ ਨੂੰ ਹੋਇਆ। ਉਹਨਾਂ ਨੂੰ ਆਪਣੀ ਪੜ੍ਹਾਈ ਉਹਨਾਂ ਨੇ ਪਟਿਆਲਾ ਤੋਂ ਕੀਤੀ। 1963 ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰਾਰ ਵਜੋਂ ਕੰਮ ਕਰਨ ਲੱਗੇ ਅਤੇ ਬਾਅਦ ਵਿੱਚ ਉਹ ਪ੍ਰੋਫੈਸਰ ਬਣ ਗਏ। ਡਾਕਟਰ ਦਲੀਪ ਕੌਰ ਟਿਵਾਣਾ ਜੀ ਨੂੰ ਪਦਮ ਸ਼੍ਰੀ ਅਵਾਰਡ, ਨਾਨਕ ਸਿੰਘ ਪੁਰਸਕਾਰ, ਸ਼੍ਰੋਮਣੀ ਸਾਹਿਤਕਾਰ ਅਵਾਰਡ, ਗੁਰਮੁਖ ਸਿੰਘ ਮੁਸਾਫਰ ਅਵਾਰਡ, ਪੰਜਾਬੀ ਸਾਹਿਤ ਰਤਨ ਅਵਾਰਡ, ਕਰਤਾਰ ਸਿੰਘ ਧਾਲੀਵਾਲ ਅਵਾਰਡ ਅਤੇ ਹੋਰ ਕਈ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਵਿੱਚ ਪੰਜਾਬੀ ਦੀ PhD ਕਰਨ ਵਾਲੀ ਉਹ ਪਹਿਲੀ ਔਰਤ ਸਨ। 1967 ਵਿੱਚ ਉਹਨਾਂ ਨੇ ਅਗਨੀ ਪ੍ਰੀਖਿਆ ਨਾਵਲ ਲਿਖਿਆ। 1971 ਵਿੱਚ ਇਹ ਹਮਾਰਾ ਜੀਵਣਾ ਸਾਹਿਤ ਅਕਾਦਮੀ ਵਿੱਚ ਅਵਾਰਡ ਵੀ ਮਿਲਿਆ। ਡਾਕਟਰ ਦਲੀਪ ਕੌਰ ਟਿਵਾਣਾ ਜੀ ਦੇ ਨਾਵਲ ਵਾਟ ਹਮਾਰੀ, ਤੀਲੀ ਦਾ ਨਿਸ਼ਾਨ, ਤੁਮਰੀ ਕਥਾ ਕਹੀ ਨਾ ਜਾਏ, ਲੰਘ ਗਏ ਦਰਿਆ, ਲੰਮੀ ਉਡਾਰੀ, ਭਾਉਜਲੀ, ਸੂਰਜ ਦੇ ਸਮੁੰਦਰ, ਧੁੱਪ ਤੇ ਰੁੱਖ, ਪੀਲੇ ਪੱਤਿਆਂ ਦੀ ਦਾਸਤਾਨ ਆਦਿ ਸ਼ਾਮਿਲ ਹਨ। 40 ਦੇ ਕਰੀਬ ਉਹਨਾਂ ਨੇ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ। ਉਹਨਾਂ ਦੇ ਨਾਵਲਾਂ ਦੀ ਗਿਣਤੀ ਬਹੁਤ ਲੰਮੀ ਹੈ ਅਤੇ ਕਹਾਣੀਆਂ ਸੰਗ੍ਰਹਿ ਸਾਧਨਾ, ਯਾਤਰਾ, ਕਿਸ ਦੀ ਧੀ, ਇੱਕ ਕੁੜੀ, ਤੇਰਾ ਮੇਰਾ ਕਮਰਾ ਪੰਜਾਬੀ ਹਿੰਦੀ ਉਰਦੂ ਵਿੱਚ ਵੀ ਲਿਖੇ ਹਨ ਅਤੇ 31 ਜਨਵਰੀ 2020 ਈਸਵੀ ਨੂੰ ਉਹਨਾਂ ਦੀ ਮੌਤ ਹੋ ਗਈ।